ਤਖਤੇ ਪਲਟੋਂਗੇ? ਐਤਕੀ ਤਾਂ ਕੰਮ ਕਰ ਦੋ ਯਾਰ, ਮਿੰਨਤ ਵਾਲੀ ਗੱਲ ਹੈ। ਮੇਰੇ ਹਲਕੇ 'ਚ ਆਇਆ ਸੀ ਤਿੰਨ ਦਿਨ ਪਹਿਲਾਂ, ਕਹਿੰਦਾ ਮਜੀਠੀ ਆ ਲਿਓ, ਮਿੰਨਤ ਆ ਮਿੰਨਤ। ਮਜੀਠੀ ਵਾਲਿਆਂ ਨੇ ਤਾਂ ਮਿੰਨਤ ਕਰਨ ਲਾ ਦਿੱਤਾ। ਉਹ ਹਰੇਕ ਸਾਲ ਦਰਖਤ ਵੀ ਪੱਤੇ ਬਦਲ ਲੈਂਦੇ, ਐਤਕੀ ਤਾਂ ਬਦਲੋ। ਕਹਿੰਦਾ ਦਰਖਤ ਵੀ ਪੱਤੇ ਬਦਲਦੀ ਹੈ, ਤੁਸੀਂ ਵੀ ਬਦਲੋ। ਤੇ ਮੈਂ ਕੱਲ ਗਿਆ ਉੱਥੇ, ਉਹ ਮੈਂ ਕਿਹਾ ਚੰਡਿਆ ਲੋਕੀ ਖਾਧੀ ਪੀਤੀ 'ਚ ਤਾਂ ਨਿਆਣਾ ਨਹੀਂ ਕਿਸੇ ਨੂੰ ਪੜਾਉਂਦੇ, ਤੂੰ ਕਹਿੰਦਾ ਮਜੀਠਾ ਫੜਾ ਦਿਓ ਤੈਨੂੰ। ਤੇ ਜੇ ਮੋਟਰਸਾਈਕਲ ਚਲਾਉਂਦਿਆਂ ਨੇ ਕਿਸੇ ਨੇ ਪੈਗ ਲਾਏ ਉਹਨੂੰ ਫੜ ਕੇ ਅੰਦਰ ਦੇ ਦਿੰਦੇ ਹੋ, ਇੱਥੇ ਪੰਜਾਬ ਚਲਾਉਣ ਨੂੰ ਫਿਰਦਾ, ਇਹਨੂੰ ਕਦੋਂ ਜੁਗਨੂ ਨੂੰ ਫੜ ਕੇ ਅੰਦਰ ਦੇਣਾ ਜੀ? ਮੇਰੇ ਵੀਰੋ, ਇਹ ਕਹਿੰਦਾ ਮਜੀਠੀਏ ਨੂੰ ਕਿ ਤੇਰੇ 'ਤੇ ਪਰਚਾ ਦਊ। ਉਹ ਭਗਵੰਤਾ ਮੇਰੀ ਗੱਲ ਸੁਣ ਲਾ ਟਕਾ ਕੇ, ਮੈਂ 6 ਮਹੀਨੇ ਪਹਿਲਾਂ ਅੰਦਰ ਲਾ ਕੇ ਆਇਆ, ਔਰ ਇਹ ਸ਼ਹੀਦਾਂ ਦੀ ਧਰਤੀ ਹੈ, ਇਹ ਜੋਰਾਵਰਾਂ ਦੀ ਧਰਤੀ ਹੈ, ਜਾਂ ਤੈਨੂੰ ਚੈਲੇਂਜ ਦੇ ਕੇ ਚੱਲਿਆ, ਪੁੱਠੀ ਗਿਣਤੀ ਤੇਰੀ ਸ਼ੁਰੂ ਆ। ਜਿਹੜਾ ਮਜੀਠੀਏ 'ਤੇ ਪਰਚਾ ਦੇਣਾ ਦੇ ਦੀ, ਜਿੱਦਣ ਮਜੀਠੇ ਦਾ ਹੱਥ ਤੇਰੀ ਗੇਜੀ ਨੂੰ ਪੈ ਗਿਆ ਨਾ, ਉਹ ਚੀਕਾਂ ਕਢਾਉਂ ਤੇਰੀਆਂ, ਉਹ ਚੀਕਾਂ। ਸਾਧ ਸੰਗਤ ਜੀ, ਮੇਰਾ ਉਸ ਬੰਦੇ ਨਾਲ ਕੋਈ ਲਿਹਾਜ਼ ਨਹੀਂ, ਜੇ ਇਸ ਕੈਬਨਿਟ ਦੇ ਵਜ਼ੀਰ ਕਟਾਰੂ ਚੱਕ ਤੇ ਬਲਕਾਰ ਸਿੰਘ ਵਰਗੇ ਹੋਣ, ਮੇਰਾ ਉਸ ਬੰਦੇ ਨਾਲ ਕੋਈ ਲਿਹਾਜ਼ ਨਹੀਂ, ਜਿੱਥੇ ਲਾਲਜੀਤ ਭੁੱਲਰ ਵਰਗੇ ਰਾਮਗੜੀਆ ਭਾਈਚਾਰੇ ਤੇ ਸੁਨਿਆਰੇ ਭਾਈਚਾਰੇ ਨੂੰ ਗਾਲਾਂ ਕੱਢਣ। ਮੈਂ ਇੱਕ ਟਵੀਟ ਕੀਤੀ ਆ, ਵਿੱਚ ਭਗਵੰਤ ਮਾਨ ਦੀ ਫੋਟੋ ਤੇ ਇੱਕ ਪਾਸੇ ਬਲਕਾਰ ਸਿੰਘ ਦੀ ਤੇ ਦੂਜੇ ਪਾਸੇ ਕਟਾਰੂ ਚੱਕ ਦੀ, ਤੇ ਥੱਲੇ ਮੈਂ 4 ਲਾਈਨਾਂ ਲਿਖੀਆਂ ਨੇ ਕਿ ਭੈੜੇ ਭੈੜੇ ਯਾਰ ਮੇਰੀ ਫੱਤੋ ਦੇ। ਮੈਨੂੰ ਪਤਾ ਤੂੰ ਲੋਕਾਂ ਨੂੰ ਇੱਥੇ ਕਹਿੰਦਾ ਫਿਰਦਾ ਕਿ ਜੇ ਇਸ ਹਲਕੇ ਤੋਂ ਮੈਨੂੰ ਕਾਮਯਾਬੀ ਮਿਲ ਜੂ ਤੇ ਕਿਤੇ ਮੇਰਾ ਵੀ ਕਿਤੇ ਵਜ਼ੀਰੀ ਦਾ ਦਾਅ ਲੱਗ ਜੇ। ਭਾਈ, ਇਹ ਜੀ ਵਜ਼ੀਰੀ ਦਾ ਕਰਾਉਣਾ ਕੀ ਹੈ ਜੇ ਉਸ ਵਜ਼ੀਰੀ 'ਚ ਬਲਕਾਰ ਸਿੰਘ ਵਰਗੇ ਬੈਠੇ ਹੋਣ, ਜੇ ਉਸ ਵਜ਼ੀਰੀ 'ਚ ਕਟਾਰੂ ਚੱਕ ਕਰਕੇ ਬੈਠੇ ਹੋਣ। ਔਰ ਅੱਜ ਜਿਹੜੇ ਲੋਕ ਸਰਕਾਰਾਂ 'ਚ ਬੈਠੇ ਨੇ ਸਾਧ ਸੰਗਤ ਜੀ, ਉਹ ਇਸ ਧਰਤੀ ਨੂੰ ਕਲੰਕਿਤ ਕਰਨ ਦੀ ਆ ਸਾਜਿਸ਼ਾਂ ਰਚ ਰਹੇ ਆ। ਅੱਜ ਮੈਂ ਇੱਥੇ ਆਉਂਦਿਆਂ ਮੈਂ ਆਖਜੀਤ ਅਖਬਾਰ ਦੀ ਖਬਰ, ਜਿੱਥੇ ਮੈਂ ਕਹਿ ਸਕਦਾ ਕਿ ਸ਼ਰਮ ਆਉਂਦੀ ਹੈ, ਔਰ ਇੱਥੇ ਆਪਦੇ ਨੁਮਾਇੰਦੇ ਨੂੰ ਵੀ ਪੁੱਛਿਓ ਕਿ ਜੇ ਤੇਰੀ ਜ਼ਮੀਰ ਮਾੜੀ ਮੋਟੀ ਵੀ ਜਾਗਦੀ ਹੈ, ਮੈਨੂੰ ਪਤਾ ਤੂੰ ਲੋਕਾਂ ਨੂੰ ਇੱਥੇ ਕਹਿੰਦਾ ਫਿਰਦਾ ਕਿ ਜੇ ਇਸ ਹਲਕੇ ਤੋਂ ਮੈਨੂੰ ਕਾਮਯਾਬੀ ਮਿਲ ਜੂ ਤੇ ਕਿਤੇ ਮੇਰਾ ਵੀ ਕਿਤੇ ਵਜ਼ੀਰੀ ਦਾ ਦਾਅ ਲੱਗ ਜੇ। ਭਾਈ, ਇਹ ਜੀ ਵਜ਼ੀਰੀ ਦਾ ਕਰਾਉਣਾ ਕੀ ਹੈ ਜੇ ਉਸ ਵਜ਼ੀਰੀ 'ਚ ਬਲਕਾਰ ਸਿੰਘ ਵਰਗੇ ਬੈਠੇ ਹੋਣ, ਜੇ ਉਸ ਵਜ਼ੀਰੀ 'ਚ ਕਟਾਰੂ ਚੱਕ ਕਰਕੇ ਬੈਠੇ ਹੋਣ। ਸਾਧ ਸੰਗਤ ਜੀ, ਇੱਥੇ ਆਉਣ ਤੋਂ ਪਹਿਲਾਂ ਮੈਂ ਇੱਕ ਟਵੀਟ ਕੀਤੀ ਆ, ਵਿੱਚ ਭਗਵੰਤ ਮਾਨ ਦੀ ਫੋਟੋ ਤੇ ਇੱਕ ਪਾਸੇ ਬਲਕਾਰ ਸਿੰਘ ਦੀ ਤੇ ਦੂਜੇ ਪਾਸੇ ਕਟਾਰੂ ਚੱਕ ਦੀ, ਤੇ ਥੱਲੇ ਮੈਂ 4 ਲਾਈਨਾਂ ਲਿਖੀਆਂ ਨੇ ਕਿ ਭੈੜੇ ਭੈੜੇ ਯਾਰ ਮੇਰੀ ਫੱਤੋ ਦੇ। ਲੋਕ ਵਜ਼ੀਰਾਂ ਕੋਲ ਜਾਂਦੇ ਨੇ, ਇਹ ਵਜ਼ੀਰ ਲੋਕਾਂ ਨੇ ਬਣਾਏ ਨੇ, ਕੋਈ ਉੱਤੋਂ ਨਹੀਂ ਡਿੱਗੇ। ਔਰ ਜੇ ਕੋਈ ਮਾਨ ਨਾਲ ਆਪਦੀ
ਮੁਸ਼ਕਿਲਾਂ ਲੈ ਕੇ ਵਜ਼ੀਰ ਕੋਲ ਜਾਵੇ ਔਰ ਵਜ਼ੀਰ ਅੱਗਿਓ ਉਸ ਧੀ ਭੈਣ ਨਾਲ ਬਦਸਲੂਕੀ ਕਰੇ, ਉਹਦੀ ਮਜਬੂਰੀ ਦਾ ਫਾਇਦਾ ਉਠਾਵੇ। ਸਾਧ ਸੰਗਤ ਜੀ, ਕਿ ਤੁਸੀਂ ਮਾਫ ਕਰ ਸਕਦੇ ਹੋ ਕਿ ਨਹੀਂ ਕਰੋਗੇ, ਦੱਸੋ ਮੈਨੂੰ। ਜੇ ਕੋਈ ਨੌਜਵਾਨ ਐਸੀ ਬੱਚਾ ਆਪਦੀ ਪਰਿਵਾਰਕ ਮਜਬੂਰੀ ਕਰਕੇ ਕਟਾਰੂ ਚੱਕ ਵਰਗੇ ਕੋਲ ਜਾਵੇ ਤੇ ਉਹਦੇ ਸ਼ੋਸ਼ਣ ਕਰੇ, ਕਿ ਤੁਸੀਂ ਮਾਫ ਕਰੋਗੇ ਕਿ ਨਹੀਂ ਕਰੋਗੇ? ਮੇਰੇ ਵੀਰੋ, ਅੱਜ ਇਸ ਧਰਤੀ ਨੇ, ਇਹ ਧਰਤੀ ਤੁਹਾਡੇ ਤੋਂ ਇਹ ਪੁਕਾਰਦੀ ਹੈ ਕਿ ਮੇਰੇ ਵੀਰੋ, ਧੋਖਾ ਇੱਕ ਵਾਰੀ ਹੁੰਦਾ, ਦੂਜੀ ਵਾਰੀ ਧੋਖਾ ਨਹੀਂ, ਦੂਜੀ ਵਾਰੀ ਅਸੀਂ ਗਲਤੀ ਕਵਾਂਗੇ। ਇੱਕ ਸਮਾਂ ਆਇਆ 22 ਚ ਜਦੋਂ ਸਾਰਿਆਂ ਨੂੰ ਬੁਖਾਰ ਚੜਿਆ ਝਾੜੂ ਦਾ, ਔਰ 92 ਸੀਟਾਂ ਇਸ ਪੰਜਾਬ ਦੀ ਧਰਤੀ ਤੋਂ ਲੋਕਾਂ ਨੇ ਇਸ ਝਾੜੂ ਪਾਰਟੀ ਨੂੰ ਜਿਤਾਈ। ਸਮਝਦਾ ਸੀ ਉਦੋਂ ਵੀ ਗਏ ਸਾਂ ਕਿ ਇਹ ਬੜੀ ਬੇਇਨਸਾਫੀ ਹੋ ਰਹੀ ਹੈ, ਤੁਸੀਂ ਮਹਿਸੂਸ ਕਰਦੇ ਹੋ। ਮੈਂ ਹੁਣ ਜੇ ਝਾੜੂ ਲੈ ਕੇ ਆਵਾਂ ਤੇ ਮੈਂ ਕਿਸੇ ਦੇ ਗੱਲ 'ਚ ਪਾਉਣ ਦੀ ਕੋਸ਼ਿਸ਼ ਕਰਾਂ ਤੇ ਕੀ ਕਹੂਗਾ ਉਹ? ਪਵਾ ਲੂ ਝਾੜੂ, ਗੱਲ 'ਚ ਪਿਆ ਕੀ ਸੋਹਣਾ ਲੱਗਦਾ, ਕੈਂਠਾ ਹੋਵੇ। ਗੱਲ 'ਚ ਪਿਆ ਹੀਰਾ ਚੰਗਾ ਲੱਗਦੇ ਆ, ਗੱਲ 'ਚ ਪਿਆ ਕੋਈ ਮੈਡਲ ਮਿਲਿਆ ਹੋਵੇ ਸੋਨੇ ਦਾ, ਚੰਗਾ ਲੱਗਦਾ। ਇਹ ਤਾਂ ਵਿਚਾਰੇ ਲੋਕ ਕਹੇ ਜਿਹੜੇ ਗੱਲ 'ਚ ਝਾੜੂ ਪਵਾ ਕੇ ਫਿਰ ਇਸ ਤਰ੍ਹਾਂ ਫੋਟੋ ਲਵਾਉਂਦੇ। ਸਾਧ ਸੰਗਤ ਜੀ, ਕੱਲ ਕਿਤੇ ਕੇਜਰੀਵਾਲ ਨਿੱਕੂ ਦਾ ਚੋਣ ਨਿਸ਼ਾਨ ਜੁੱਤੀਆਂ ਹੋ ਗਿਆ ਤੇ ਜੁੱਤੀਆਂ ਦਾ ਹਾਰ ਪਵਾ ਕੇ ਵੀ ਇਸ ਤਰ੍ਹਾਂ ਲਵਾਉਣਗੇ? ਥੋੜੀ ਅਕਲ ਵਾਲੀ ਗੱਲ, ਹਾਲਾਤ ਰੱਬ ਵੱਲੋਂ ਹੀ ਕੁਛ ਇਹੋ ਜਿਹੇ ਬਣੇ ਕਿ ਭੋਲੇ ਭਾਲੇ ਲੋਕ ਇਹੋ ਜਿਹੀਆਂ ਗੱਲਾਂ 'ਚ ਆ ਗਏ। ਝਾੜੂ ਨੂੰ ਤਾਂ ਲੋਕ ਘਰ 'ਚ ਲੁਕੇ ਕੇ ਰੱਖਦੇ, ਜੇ ਕਿਸੇ ਪੁਰਾਣੇ ਰਿਸ਼ਤੇਦਾਰ ਨੇ ਆਉਣਾ ਹੋਵੇ ਕਿ ਇਹਦੇ ਨਾਲ ਦਰਸ਼ਨ ਹੋ ਜਾਣ। ਝਾੜੂ ਹੁੰਦਾ ਫੇਰਨ ਵਾਸਤੇ, ਝਾੜੂ ਗੱਲ 'ਚ ਪਾਉਣ ਨਹੀਂ, ਹੁਣ ਟਕਾ ਕੇ ਫੇਰਿਓ। ਔਰ ਮੈਂ ਤੁਹਾਨੂੰ ਅੱਜ ਵਿਸ਼ਵਾਸ ਦਵਾ ਕੇ ਚੱਲਿਆ, ਕਿਉਂਕਿ ਜੋ ਗੱਲਾਂ ਭੈਣ ਜੀ ਨੇ ਘਰ ਘਰ ਨੌਕਰੀ ਜੁਗਨੂੰ ਕਹਿੰਦਾ ਸੀ, ਜੁਗਨੂੰ ਦਾ ਤਾਂ ਪਤਾ ਨਾ ਕੌਣ ਆ, ਕੌਣ ਆ ਜੁਗਨੂੰ? ਹੈਂਜੀ, ਅੰਤ ਭਗਵੰਤ ਮੇਰੇ ਹਲਕੇ 'ਚ ਆਇਆ ਸੀ 3 ਦਿਨ ਪਹਿਲਾਂ, ਕਹਿੰਦਾ ਮਜੀਠੀ ਵਾਲਿਓ ਮਿੰਤ ਆ ਮਿੰਤ। ਮਜੀਠੀ ਵਾਲਿਆਂ ਨੇ ਤਾਂ ਮਿੰਤ ਕਰਨ ਲਾ ਦਿੱਤਾ ਉਹਨੂੰ, ਕਹਿੰਦਾ ਦਰਖਤ ਵੀ ਪੱਤੇ ਬਦਲਦੀ ਹੈ, ਤੁਸੀਂ ਵੀ ਬਦਲੋ। ਤੇ ਮੈਂ ਕੱਲ ਗਿਆ ਉੱਥੇ, ਉਹ ਮੈਂ ਕਿਹਾ ਝੰਡਿਆ, ਲੋਕੀ ਖਾਧੀ ਪੀਤੀ 'ਚ ਤਾਂ ਨਿਆਣਾ ਨੀ ਕਿਸੇ ਨੂੰ ਪੜਾਉਂਦੇ, ਤੂੰ ਕਹਿੰਦਾ ਮਜੀਠਾ ਫੜਾ ਦਿਓ ਤੈਨੂੰ। ਮੇਰੇ ਵੀਰੋ, ਮੈਂ ਪੁਲਿਸ ਵਾਲੇ ਵੀਰਾਂ ਨੂੰ ਕਹਿੰਦਾ ਕਿ ਇਹ ਵਰਦੀ ਸਦਾ ਰਹਿਣੀ ਹੈ, ਇਹ ਵਰਦੀ ਕਿਸੇ ਸਰਕਾਰ ਦੀ ਨਹੀਂ, ਇਹ ਵਰਦੀ ਇਹਨਾਂ ਲੋਕਾਂ ਦੀ ਹੈ। ਤੇ ਜੇ ਮੋਟਰਸਾਈਕਲ ਚਲਾਉਂਦਿਆਂ ਨੂੰ ਕਿਸੇ ਨੇ ਪੈਗ ਲਾਏ, ਉਹਨੂੰ ਫੜ ਕੇ ਅੰਦਰ ਦੇ ਦਿੰਦੇ ਹੋ, ਇੱਥੇ ਪੰਜਾਬ 'ਚ ਲਾਉਣ ਨੂੰ ਫਿਰਦਾ, ਇਹਨੂੰ ਕਦੋਂ ਜੁਗਨੂੰ ਨੂੰ ਫੜ ਕੇ ਅੰਦਰ ਦੇਣਾ ਜੀ? ਮੇਰੇ ਵੀਰੋ, ਇਹ ਕਹਿੰਦਾ ਮਜੀਠੀਏ ਨੂੰ ਕਿ ਤੇਰੇ 'ਤੇ ਪਰਚਾ ਦਊਂ। ਉਹ ਭਗਵੰਤਾ ਮੇਰੀ ਗੱਲ ਸੁਣ ਲਾ ਟਕਾ ਕੇ, ਮੈਂ 6 ਮਹੀਨੇ ਪਹਿਲਾਂ ਅੰਦਰ ਲਾ ਕੇ ਆਇਆ, ਔਰ ਇਹ ਸ਼ਹੀਦਾਂ ਦੀ ਧਰਤੀ ਹੈ, ਇਹ ਜੋਰਾਵਰਾਂ ਦੀ ਧਰਤੀ ਹੈ, ਜਾਂ ਤੈਨੂੰ ਚੈਲੰਜ ਦੇ ਕੇ ਚੱਲਿਆ, ਪੁੱਠੀ ਗਿਣਤੀ ਤੇਰੀ ਸ਼ੁਰੂ ਆ, ਜਿਹੜਾ ਮਜੀਠੀਏ 'ਤੇ ਪਰਚਾ ਦੇਣਾ ਦੇ ਦੀ, ਜਿੱਦਣ ਮਜੀਠੇ ਦਾ ਹੱਥ ਤੇਰੀ ਗੇਚੀ ਨੂੰ ਪੈ ਗਿਆ ਨਾ, ਉਹ ਚੀਕਾ ਕਢਾਉ ਤੇਰੀਆਂ, ਉਹ ਚੀਕਾ। ਸਾਧ ਸੰਗਤ ਜੀ, ਮੇਰਾ ਉਸ ਬੰਦੇ ਨਾਲ ਕੋਈ ਲਿਹਾਜ਼ ਨਹੀਂ,
ਜੇ ਇਸ ਕੈਬਨਿਟ ਦੇ ਵਜ਼ੀਰ ਕਟਾਰੂ ਚੱਕ ਤੇ ਬਲਕਾਰ ਸਿੰਘ ਵਰਗੇ ਹੋਣ, ਮੇਰਾ ਉਸ ਬੰਦੇ ਨਾਲ ਕੋਈ ਲਿਹਾਜ਼ ਨਹੀਂ ਜਿੱਥੇ ਲਾਲਜੀਤ ਭੁੱਲਰ ਵਰਗੇ ਰਾਮਗੜੀਆ ਭਾਈਚਾਰੇ ਤੇ ਸੁਨਿਆਰੇ ਭਾਈਚਾਰੇ ਨੂੰ ਗਾਲਾਂ ਕੱਢਣ। ਮੇਰਾ ਉਸ ਕੈਬਨਿਟ ਨਾਲ, ਉਸ ਸਰਕਾਰ ਨਾਲ ਕੋਈ ਲਿਹਾਜ਼ ਨਹੀਂ ਜਿੱਥੇ ਸਿੱਧੂ ਮੂਸੇਵਾਲੇ ਦਾ ਕਤਲ ਦਾ ਅੱਜ ਤੱਕ ਇਨਸਾਫ ਨਾ ਮਿਲਿਆ ਹੋਵੇ, ਜਿੱਥੇ ਨੰਗਲ ਅੰਬੀਆਂ ਵਰਗੇ ਦਾ ਕਤਲ ਹੋ ਜਾਏ, ਉਹਨਾਂ ਦੀਆਂ ਸਿਕਿਉਰਟੀਆਂ ਘਟਾਤੀਆਂ ਜਾਣ, ਤੇ ਇਹ ਜਿਨ੍ਹਾਂ ਨੂੰ ਆਪਦਿਆਂ ਤੋਂ ਨਹੀਂ ਖਤਰਾ, ਉਹਨਾਂ ਨੂੰ ਹਜ਼ਾਰ ਹਜ਼ਾਰ ਗੰਨਮੈਨ ਲਈ ਫਿਰਦੇ ਆ। ਮੇਰੇ ਵੀਰੋ, ਅੱਜ ਲੋਕ ਲਾ ਐਂਡ ਆਰਡਰ ਦੇ ਇਹ ਹਾਲਾਤ ਹੈ ਕਿ ਕੋਈ ਸੜਕ ਤੇ ਜਾ ਨਹੀਂ ਸਕਦਾ, ਅੱਜ ਲਾ ਐਂਡ ਆਰਡਰ ਦੇ ਇਹ ਹਾਲਾਤ ਹੈ ਕਿ ਕੋਈ ਚੰਗਾ ਬੰਦਾ ਕਾਰੋਬਾਰ ਕਰਦਾ ਹੋਵੇ ਉਹਨੂੰ ਸਵੇਰੇ ਫਰੌਤੀ ਦਾ ਫੋਨ ਆ ਜਾਂਦਾ ਹੈ। ਅੱਜ ਮੇਰੇ ਵੀਰੋ, ਪੰਜਾਬ 'ਚ ਲਾ ਐਂਡ ਆਰਡਰ ਦੇ ਕੋਈ ਹਾਲਾਤ ਨਹੀਂ, ਔਰ ਇਹ ਲੋਕ ਆਸ ਕਰਦੇ ਆ ਕਿ ਇਹਨਾਂ ਨੂੰ ਕਾਮਯਾਬ। ਅੱਜ ਹਿੰਦੂ ਸਿੱਖ ਏਕਤਾ ਭਾਈਚਾਰਕ ਸਾਂਝ ਨੂੰ ਜੇ ਤੁਸੀਂ ਮਜ਼ਬੂਤ ਕਰਨਾ ਸਾਧ ਸੰਗਤ ਜੀ, ਫਿਰ ਬੀਬਾ ਹਰਸਿਮਰਤ ਕੌਰ ਬਾਦਲ ਦੇ ਹੱਥ ਜ਼ਰੂਰ ਮਜ਼ਬੂਤ ਕਰਨੇ ਪੈਣੇ। ਮੈਂ ਇੱਥੇ ਆਉਂਦਾ ਆਹ ਪੋਸਟਰ ਇੱਕ ਲੈ ਕੇ ਆਇਆ, ਆਹ ਵੇਖੋ ਕਮਾਲ ਦੀ ਗੱਲ, ਆਹ ਪੋਸਟਰ ਇਹਦੇ 'ਚ ਮੈਂ ਪੜ੍ਹ ਕੇ ਸੁਣਾਉਂਦਾ। ਭੁੰਦੜ ਸਾਹਿਬ ਵੇਖੋ ਕੀ ਕਹਿੰਦਾ ਜੁਗਨੂੰ, ਕਹਿੰਦਾ ਸਾਡੀ ਰੱਬ ਨੇ ਡਿਊਟੀ ਲਾਈ ਆ ਬਾਦਲਾਂ ਨੂੰ ਇੱਥੋਂ ਢੋਣ ਦੀ। ਮੈਂ ਆਹੋ ਮਾਲਕ ਨੂੰ, ਕਿਸੇ ਗੁਰਸਿੱਖ ਨੂੰ ਤਾਂ ਫੋਨ ਕੀਤਾ ਨਹੀਂ, ਨਿੱਤ ਦੇ ਸ਼ਰਾਬੀ ਨੂੰ ਫੋਨ ਕਰਨਾ ਸੀ ਮਾਲਕ ਨੇ, ਤੇ ਮੈਂ ਤੇਰਾ ਤੈਨੂੰ ਆਪਦੇ ਨਹੀਂ ਫੋਨ ਕਰਦੇ ਕਿ ਇਹਦੀ ਖਾਧੀ ਪੀਤੀ ਹੋਣੀ, ਇਸ ਵੇਲੇ ਨਾ ਕਰਿਓ ਕਿਸੇ ਫੇਰ ਕਰਾਂਗੇ। ਵੇਖੋ ਇਹਨੂੰ ਕਰਨੀ ਸੀ ਫੋਨ। ਦੂਜਾ ਕਹਿੰਦਾ ਬਾਦਲ ਪਰਿਵਾਰ ਨੂੰ ਹਰਾ ਕੇ ਇਮਾਨਦਾਰ ਬੰਦੇ ਜਿਤਾਓ। ਆਹੋ ਮੈਂ ਕਿਹਾ ਉਹ ਤੁਹਾਡਾ ਕੋਟ ਪੱਤਾ ਇਮਾਨਦਾਰ ਹੀ ਆ ਜਿਹਨੂੰ ਫੜ ਕੇ ਤੂੰ ਅੰਦਰ ਦਿੱਤਾ। ਦੂਜਾ ਸਿੰਗਲਾ ਸਾਹਿਬ, ਮੈਂ ਤਾਂ ਉਹਨਾਂ ਦੀ ਕਦਰ ਕਰਦਾ ਇਸ ਗੱਲ ਤੇ, ਮੈਂ ਕਹਿੰਦਾ ਉਹਨਾਂ ਸਿੰਗਲਾ ਸਾਹਿਬ ਤੁਹਾਡੇ ਨਾਲ ਧੱਕਾ ਹੋਇਆ, ਔਰ ਮੈਂ ਕਿਉਂ ਕਹਿੰਦਾ ਧੱਕਾ ਹੋਇਆ, ਇਹ ਆਡੀਓ ਕਹਿੰਦਾ ਸਿੰਗਲਾ ਸਾਹਿਬ ਪੈਸੇ ਮੰਗਦਾ ਸੀ। ਮੈਂ ਕਿਹਾ ਸੁਣਾਓ ਕਿੱਥੇ ਆ, ਅੱਜ ਤੱਕ ਕਿਸੇ ਨੇ ਸਿੰਗਲਾ ਸਾਹਿਬ ਦੀ ਆਡੀਓ ਸੁਣਦੇ ਦਾ ਸੁਣਿਆ ਕਿਸੇ ਨੇ? ਨਹੀਂ। ਮੇਰਾ ਵੀਰ, ਜਿਹੜਾ ਸਾਰੇ ਅਗਰਵਾਲ ਭਾਈਚਾਰੇ ਨੂੰ ਜਿਸ ਬੰਦੇ ਨੇ ਅਪਮਾਨਿਤ ਕੀਤਾ ਕਰਪਟ ਕਹਿ ਕੇ, ਅੱਜ ਸਿੰਗਲਾ ਸਾਹਿਬ ਮੇਰੀ ਭਾਵੇਂ ਤੁਹਾਡੇ ਨਾਲ ਹਮਦਰਦੀ ਆ, ਮਗਰ ਤੁਹਾਡੀ ਸਰਕਾਰ ਨੇ ਤੁਹਾਡੇ ਤੇ ਪਰਚਾ ਦੇ ਕੇ ਤੁਹਾਨੂੰ ਕਰਪਟ ਦੱਸਿਆ, ਔਰ ਅੱਜ ਇਹਨਾਂ ਦੀ ਸ਼ਰਾਰਤ ਫੜੀ ਗਈ। ਆ ਇੱਕ ਫੋਟੋ ਕਿ ਸਟਾਰ ਪ੍ਰਚਾਰਕ 'ਚ ਵੋਟਾਂ ਮੰਗਣ ਵਾਸਤੇ 7 ਨੰਬਰ ਤੇ ਸਿੰਗਲਾ ਤੇ 9ਵੇਂ ਨੰਬਰ ਤੇ ਕੋਟ ਪੱਤਾ, ਤੇ ਪਹਿਲੇ ਨੰਬਰ ਤੇ ਕੌਣ? ਅਰਵਿੰਦ ਕੇਜਰੀਵਾਲ, ਜਿਹੜਾ 425 ਕਰੋੜ ਦੇ ਘਪਲੇ 'ਚ ਅੰਦਰ ਹੈ। ਫਿਰ ਕਹਿੰਦੇ ਸਾਡੀ ਇਮਾਨਦਾਰ ਭਾਈ, ਤੁਹਾਡੇ ਵਰਗੇ ਇਮਾਨਦਾਰ ਹੋ ਗਏ ਮਿਲਣ ਦਾ ਚੋਰਾਂ ਨੂੰ ਤਾਂ ਕੰਮ ਹੀ ਨਹੀਂ ਕੋਈ ਮਿਲਣਾ। ਮੈਂ ਹੱਥ ਦੀ ਸਫਾਈ ਤਾਂ ਫਿਰ ਤੁਹਾਡੀ ਹੋ ਗਈ, ਖਾ ਪੀ ਕੇ ਫਿਰ ਸਾਡੇ ਤੋਂ ਇਮਾਨਦਾਰ ਕੋਈ ਨਹੀਂ। ਇਸ਼ਤਿਹਾਰ ਲਾਉਂਦੇ ਆ ਲੋਕ ਕਹਿਣ ਤੇ ਮੈਂ ਸਮਝ ਸਕਦਾ, ਇਸ਼ਤਿਹਾਰ ਲਾਏ ਨਾਲ ਕੋਈ ਇਮਾਨਦਾਰ ਨਹੀਂ ਬਣਦਾ। ਔਰ ਮੇਰੇ ਵੀਰੋ, ਅੱਜ ਇਹ ਆਏ ਆ ਖੁੱਡੀਆਂ ਸਾਹਿਬ, ਖੁੱਡੀਆਂ ਸਾਹਿਬ ਨੇ ਕਹੋ ਕੋਈ ਜ਼ਮੀਰ ਜਾਗਦੀ ਆ ਭਾਈ ਤੇਰੀ, ਆ ਇੱਥੋਂ ਵਾਲੇ MLA ਦੀ ਇਹ ਦਸਤਾਰ ਕਿਹਦੀ ਬਖਸ਼ਿਸ਼ ਹੈ? ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ ਤੁਹਾਨੂੰ ਨਹੀਂ ਗਰਮੀ ਲੱਗਦੀ? ਸਭ ਨੂੰ ਲੱਗਦੀ ਹੈ, ਮਗਰ ਬੇਸ਼ਰਮੀ ਵੇਖੋ, ਪਾਣੀ ਦੀ ਬੋਤਲ ਪਹਿਲਾਂ ਮੂੰਹ ਨੂੰ ਲਾਈ ਔਰ ਫਿਰ ਉਹ ਜੂਠਾ ਪਾਣੀ ਸਿਰ 'ਚ ਪਾਤਾ। ਕੀ ਇਹ ਦਸਤਾਰ ਦਾ ਸਤਿਕਾਰ? ਮੇਰੇ ਵੀਰੋ, ਦੂਜੀ ਵੀਡੀਓ ਜਿਹੜੀ ਵਾਇਰਲ ਹੁੰਦੀ ਆ, ਵਾਲੀਬਾਲ ਖੇਡਦਿਆਂ
ਦਸਤਾਰ ਇੰਜ ਸੁੱਟ ਗਈ ਜਿਵੇਂ ਸਿਰ 'ਚ ਟੋਪੀ ਪਾਈ ਹੁੰਦੀ ਆ। ਔਰ ਮੇਰੇ ਵੀਰੋ, ਮਾਂ ਰੱਬ ਰੂਪੀ ਹੁੰਦੀ ਆ, ਕਹਿੰਦਾ ਜਿਹੜਾ ਮਾਂ ਦਾ ਨਹੀਂ ਉਹ ਕਿਸੇ ਦਾ ਵੀ ਨਹੀਂ। ਇਹਨੇ ਆਪਦੇ ਮਾਂ ਦੀ ਸਹੁੰ ਖਾਧੀ ਸੀ ਕਿ ਨਹੀਂ ਖਾਧੀ ਸੀ ਜੁਗਨੂ ਨੇ, ਕਿ ਮੈਂ ਸ਼ਰਾਬ ਨਹੀਂ ਪੀਊਂਗਾ। ਔਰ ਅੱਜ ਤੁਸੀਂ ਦੱਸ ਦਿਓ ਸ਼ਰਾਬ ਪੀਂਦਾ ਕਿ ਨਹੀਂ ਪੀਂਦਾ। ਮੈਨੂੰ ਲੱਗਦਾ ਜੇ ਇਹ ਸ਼ਰਾਬ ਪੀਣੀ ਛੱਡਦੇ ਤਾਂ ਠੇਕੇ ਬੰਦ ਹੋ ਜਾਣ। ਜਿਹੜਾ ਕਹਿੰਦਾ ਸੀ ਸਕੂਲ ਖੋਲਾਂਗੇ, ਕਾਲਜ ਖੋਲਾਂਗੇ, ਹਸਪਤਾਲ ਖੋਲਾਂਗੇ, ਮੈਂ ਪੁੱਛਣਾ ਚਾਹੁੰਦਾ ਸਰਦੂਲਗੜ੍ਹ ਵਾਲਿਓ ਕਿੰਨੇ ਕੁ ਖੋਲਤੇ ਤੁਹਾਡੇ ਇਲਾਕੇ 'ਚ? ਅਤੇ ਇਹ ਤਾਂ ਦੱਸਿਓ ਆ MLA ਬੜਾ ਨੇੜੇ ਆ ਇਹਨਾਂ ਦੇ, ਉਹਨੂੰ ਪੁੱਛਿਓ ਸ਼ਰਾਬ ਦੇ ਠੇਕੇ ਕਿੰਨੇ ਖੋਲਤੇ। ਹੁਣ ਜੁਗਨੂੰ ਤੇਰੀ ਤਾਂ ਪੜ੍ਹਾਈ ਵੀ ਠੇਕਾ, ਤੇਰਾ ਇਲਾਜ ਵੀ ਠੇਕਾ, ਅਤੇ ਜਿਹਨੇ ਖਾਣੀ ਪੀਣੀ ਨਹੀਂ ਉਹ ਕਿਹੜੇ ਕੋਲ ਜਾਵੇ? ਭਾਈ ਸਾਹਿਬ, ਖਾਧੀ ਪੀਤੀ 'ਚ ਪੰਜਾਬ ਨਹੀਂ ਚੱਲਣਾ। ਔਰ ਅੱਜ ਲੋੜ ਹੈ ਕਿ ਇਹ ਜੇ ਲੋਕਾਂ ਨੂੰ ਅੱਜ ਸਬਕ ਸਿਖਾਉਣ ਦਾ ਮੌਕਾ ਆਇਆ। ਔਰ ਜਿਹੜਾ ਆਪਦੀ ਬੇਟੀ ਦਾ ਨਹੀਂ ਨਾ ਬਣਿਆ, ਸੀਰਤ ਕੌਰ ਦੀ ਵੀਡੀਓ ਵੇਖੀ ਆ ਉਹਦੀ ਬੇਟੀ ਦੀ, ਲਾਈਵ ਹੋ ਕੇ ਕੀ ਕਹਿੰਦੀ? ਕਹਿੰਦੀ ਮੈਨੂੰ ਸ਼ਰਮ ਆਉਂਦੀ ਇਸ ਬੰਦੇ ਨੂੰ ਆਪਦਾ ਪਿਓ ਕਹਿੰਦਿਆਂ। ਕਹਿੰਦਾ ਮੈਂ ਇਹਨੂੰ ਆਪਦੇ ਬਾਪ ਕਹਿ ਕੇ ਨੌਂ ਲੈ ਕੇ ਨਹੀਂ ਬੋਲ ਸਕਦੀ, ਤਾਂ ਨੌਂ ਲੈ ਕੇ ਬੁਲਾਊਂਗੀ, ਬਾਪ ਕਹਿ ਕੇ ਨਹੀਂ ਬੁਲਾਊਂਗੀ। ਜਿਹੜਾ ਮਾਂ ਦਾ ਨਹੀਂ, ਜਿਹੜਾ ਬੇਟੀ ਦਾ ਨਹੀਂ, ਜਿਹੜਾ ਦਸਤਾਰ ਦਾ ਸਤਿਕਾਰ ਨਾ ਕਰੇ, ਜਿਹੜਾ ਸ਼ਰਾਬ ਪੀ ਕੇ ਗੁਰੂ ਘਰ ਜਾਵੇ, ਜਿਹੜਾ ਸ਼ਰਾਬ ਪੀ ਕੇ ਦਮਦਮਾ ਸਾਹਿਬ ਜਾਵੇ। ਸਾਧ ਸੰਗਤ ਜੀ ਨੂੰ ਸ਼ਰਾਬ ਪੀਤਿਆਂ ਤੋਂ ਕਿਸੇ ਮੁੱਖ ਮੰਤਰੀ ਦੀ ਅੱਜ ਤੱਕ ਖਬਰ ਸੁਣੀ ਕਿ ਬਾਹਰਲੇ ਦੇਸ਼ਾਂ 'ਚ ਗਿਆ ਸੀ, ਜਹਾਜ਼ ਨਹੀਂ ਚੜ੍ਹਨ ਦਿੱਤਾ ਕਿਉਂਕਿ ਪੈਗ ਵੱਧ ਲਾ ਲਏ। ਇਸ ਧਰਤੀ ਨੂੰ, ਸ਼ਹੀਦਾਂ ਦੀ ਧਰਤੀ ਨੂੰ ਏਡਾ ਸ਼ਰਮਸਾਰ ਕਰ ਰਿਹਾ, ਕਿ ਇਹ ਤੁਹਾਡਾ ਕੁਛ ਲੱਗਦਾ ਕਿ ਇਹ ਜੇ ਬੰਦੇ ਨੂੰ ਕੋਈ ਅੱਜ ਹੱਕ ਹੈ ਇੱਥੇ ਸਰਕਾਰਾਂ 'ਚ ਰਹਿਣ ਦਾ? ਅੱਜ ਨੌਜਵਾਨਾਂ ਨੂੰ ਨੌਕਰੀ ਕੋਈ ਨਹੀਂ, ਮੁਲਾਜ਼ਮਾਂ ਦੇ ਪੱਤੇ ਨਹੀਂ ਮਿਲਦੇ, ਪੁਰਾਣੀ ਪੈਨਸ਼ਨ ਨਹੀਂ ਮਿਲਦੀ। ਇਹਨਾਂ ਪੁੱਛੋ ਮੇਰੇ ਵੀਰ ਨੂੰ, ਤੂੰ ਹੱਸ ਕੀ ਵਿਖਾ ਦੀ ਜੇ ਮੈਂ ਸੱਚ ਬੋਲ ਰਿਹਾ? ਹੱਸੇ ਤੇ ਕੋਈ ਕੋਈ ਚੋਣ ਪ੍ਰਚਾਰ 'ਚ ਯੋਗਦਾਨ ਨਹੀਂ। ਆਹ ਪਿਛਲੇ ਮਹੀਨੇ 22 ਮਈ ਨੂੰ ਇਹਨਾਂ ਨੂੰ ਤਨਖਾਹਾਂ ਪਈ, ਇਹਨਾਂ ਮੁਲਾਜ਼ਮਾਂ ਨੂੰ, ਜਿਹੜਾ 20-20 ਘੰਟੇ ਡਿਊਟੀ ਕਰੇ ਉਹਨੂੰ ਤਨਖਾਹ ਨਹੀਂ ਦਿੰਦੇ, ਕਹਿੰਦੇ ਨਵਿਆਂ ਨੂੰ ਨੌਕਰੀ ਦੇਵਾਂਗੇ।